जे रोकना सी ते रोक के मैनू कह देंदे कोरोना टेस्ट च मैनू की दिक्कत सी जिथे सारा हिंदुस्तान आ उथे मैं भी नाल ही आ उहनां दे ਭਾਜੀ ਅਸੀਂ ਤਾਂ ਸਗੋਂ ਉਹਨਾਂ ਦੇ ਨਾਲ ਆ ਅਸੀਂ ਬਕਾਇਦਾ ਸਾਰਾ ਕੁਛ ਨਾਲ ਲੈ ਕੇ ਤੁਰਦੇ ਹਾਂ ਮਾਸਕ ਨਾਲ ਪਾ ਕੇ ਸੈਨੀਟਾਈਜ਼ ਕਰਕੇ ਸਾਰੀ ਚੀਜ਼ ਦਾ ਧਿਆਨ ਰੱਖਦੇ ਹਾਂ ਵੀ ਗਾਂਹ ਕਸਟਮਰ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਰ ਉਹ ਧੱਕਾ ਕਰ ਰਹੇ ਸਾਡੇ ਨਾਲ ਅਤੇ ਸਾਨੂੰ ਵੀ ਇਹ ਸ਼ਿਓਰ ਹੋਣਾ ਚਾਹੀਦਾ ਵੀ ਉਹ ਵੀ ਕਰਾ ਕੇ ਬੈਠੇ ਨੇ ਕਿ ਨਹੀਂ ਕਰਾ ਕੇ ਬੈਠੇ ਬੀਤੇ ਦਿਨੀ ਜਲੰਧਰ ਦੇ BSF ਚੌਂਕ ਚੋਂ ਇੱਕ ਜ਼ੋਮੈਟੋ ਡਿਲੀਵਰੀ ਬੁਆਏ ਅਤੇ ਥਾਣੇਦਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ ਜਿਸ 'ਚ ਇੱਕ ਸਰਦਾਰ ਡਿਲੀਵਰੀ ਬੁਆਏ ਮੁੰਡੇ ਨੇ ਥਾਣੇਦਾਰ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਮਜਬੂਰ ਕਰ ਦਿੱਤਾ ਸੀ। ਵੀਡੀਓ ਵਾਇਰਲ ਹੋਣ ਉਪਰੰਤ ਜ਼ੋਮੈਟੋ ਡਿਲੀਵਰੀ ਬੁਆਏ ਕੈਮਰੇ ਸਾਹਮਣੇ ਆਇਆ ਹੈ। ਕੈਮਰੇ ਸਾਹਮਣੇ ਆ ਕੇ ਨੌਜਵਾਨ ਨੇ ਪੁਲਿਸ ਵਾਲਿਆਂ ਦੀਆਂ ਉਹ ਗੱਲਾਂ ਵੀ ਦੱਸੀਆਂ ਜੋ ਵਾਇਰਲ ਵੀਡੀਓ 'ਚ ਨਹੀਂ ਸੀ ਸਾਹਮਣੇ ਆਈਆਂ। ਇਸ ਡਿਲੀਵਰੀ ਬੁਆਏ ਦਾ ਨਾਮ ਜਗਰੂਪ ਸਿੰਘ ਹੈ। ਜਗਰੂਪ ਸਿੰਘ ਦੇ ਖੁਲਾਸੇ ਤੋਂ ਬਾਅਦ ਖੁਦ ਜਲੰਧਰ ਦੇ ਲਾਅ ਐਂਡ ਆਰਡਰ ਦੇ DCP ਨੂੰ ਸਾਹਮਣੇ ਆਉਣਾ ਪਿਆ। ਹੁਣ ਸੁਣੋ ਜਗਰੂਪ ਸਿੰਘ ਤੋਂ ਸਾਰੀ ਕਹਾਣੀ। ਉਸ ਨੂੰ ਥਾਣੇਦਾਰ ਤੇ ਗੁੱਸਾ ਆਇਆ ਤਾਂ ਆਇਆ ਕਿਉਂ? ਤੇ ਵੀਰ ਜੀ ਗੱਲ ਨਾ ਕਿਤੇ ਇਦਾਂ ਹੋਈ ਵੀ ਮੈਂ ਆਪਣੇ ਘਰੋਂ ਬਾਈਪਾਸ ਤੋਂ ਆ ਰਿਹਾ ਸੀਗਾ ਤੇ ਉਹਨਾਂ ਨੇ ਮੈਨੂੰ ਧੱਕੇ ਨਾਲ ਰੋਕਿਆ ਕਿਉਂਕਿ ਜੀ ਦੇਖੋ ਜੀ ਪਰੂਫ ਤੇ ਸਾਡੇ ਕੋਲ ਸਾਰੇ ਨੇ ਟੋਟਲੀ ਆਪਣੇ ਸਰੀਰਕ ਵੀ ਤੇ ਬਾਈਕ ਦੇ ਵੀ RC ਤੋਂ ਲੈ ਕੇ ਆਧਾਰ ਕਾਰਡ ਤੱਕ ਹਨਾ ਸਾਨੂੰ ਰੋਕਣ ਦਾ ਮਤਲਬ ਹੀ ਨਹੀਂ ਜਦ ਪਤਾ ਕਿ ਜ਼ੋਮੈਟੋ ਵਾਲੇ ਕੰਮ ਕਰਦੇ ਨੇ ਸ਼ਾਮ ਸਵੇਰ ਤੋਂ ਲੈ ਕੇ ਰਾਤ ਤੱਕ ਹਨਾ ਬਾਕੀ ਉਹਨਾਂ ਨੇ ਮੈਨੂੰ ਰੋਕ ਕੇ ਮੇਰੇ ਮੋਟਰਸਾਈਕਲ 'ਚੋਂ ਦੇਖ ਲਓ ਵੀ ਚਾਬੀ ਕੱਢੀ ਆ ਉਹਨਾਂ ਨੇ ਧੱਕੇ ਨਾਲ। ਚਾਬੀ ਕੱਢਣ ਦਾ ਤਾਂ ਕਿਸੇ ਦਾ ਕੋਈ ਮਸਲਾ ਹੀ ਨਹੀਂ ਹੈਗਾ ਹਨਾ ਜੇ ਰੋਕਣਾ ਸੀ ਤਾਂ ਰੋਕ ਕੇ ਮੈਨੂੰ ਕਹਿ ਦਿੰਦੇ ਕੋਰੋਨਾ ਟੈਸਟ 'ਚ ਮੈਨੂੰ ਕੀ ਦਿੱਕਤ ਸੀ ਜਿੱਥੇ ਸਾਰਾ ਹਿੰਦੁਸਤਾਨ ਆ ਉੱਥੇ ਮੈਂ ਵੀ ਨਾਲ ਹੀ ਹਾਂ ਉਹਨਾਂ ਦੇ ਹਨਾ ਮੈਨੂੰ ਕੀ ਫਰਕ ਪੈ ਜਾਣਾ ਸੀ ਚੈੱਕ ਕਰਾਉਣ 'ਤੇ ਜਾਂ ਨਾ ਚੈੱਕ ਕਰਾਉਣ 'ਤੇ। ਉਹਨਾਂ ਨੇ ਮੇਰੀ ਬਾਈਕ ਦੀ ਚਾਬੀ ਕੱਢੀ ਅਤੇ ਤਾਂ ਮੈਨੂੰ ਜ਼ਿਆਦਾ ਖਿੱਚ ਚੜੀ ਆ ਵੀ ਤੁਸੀਂ ਕਿਉਂ ਮੇਰੀ ਬਾਈਕ ਦੀ ਚਾਬੀ ਕੱਢ ਰਹੇ ਹੋ ਹਨਾ ਜਦ ਮੈਂ ਕੰਮ 'ਤੇ ਜਾ ਰਿਹਾ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਆ ਜਾਂ ਮੈਂ ਕੋਈ ਚੋਰ ਚੱਕਾ ਸ਼ਕਲ ਤੋਂ ਲੱਗਦਾ ਹੋਵਾਂ ਜਾਂ ਮੇਰੇ 'ਤੇ ਕੋਈ ਸ਼ੱਕ ਹੋਵੇ ਜਾਂ ਕੋਈ ਗਲਤ ਫਹਿਮੀ ਹੋਵੇ ਹੈ ਨਾ ਫਿਰ ਵੀ ਬੰਦੇ ਨੂੰ ਹੁੰਦਾ ਆ ਅਤੇ ਉਹਨਾਂ ਨੇ ਮੈਨੂੰ ਰੋਕੇ ਉਹਨਾਂ ਨੇ ਆਪਣਾ ਅਹੁਦੇ ਦਾ ਦਿਖਾਇਆ ਵੀ ਸਾਈਡ 'ਤੇ ਲਾ ਹੈ ਨਾ ਅਤੇ ਫਿਰ ਥੋੜ੍ਹਾ ਜਿਹਾ ਮੈਨੂੰ ਵੀ ਹੋ ਗਿਆ ਕਿ ਵੀ ਯਾਰ ਚਾਬੀ ਕੱਢਣ ਦਾ ਮਸਲਾ ਹੀ ਨਹੀਂ ਪੈਸੇ ਮੋਟਰਸਾਈਕਲ 'ਤੇ ਮੈਂ ਲਾਏ ਕੌਣ ਹੁੰਦੇ ਚਾਬੀ ਕੱਢਣ ਵਾਲੇ ਨਾਲੇ ਕੋਈ ਬਣਦਾ ਹੀ ਨਹੀਂ ਆ ਸਰਕਾਰੀ ਮੁਲਾਜ਼ਮ ਦਾ ਕਿਸੇ ਦੀ ਚਾਬੀ ਕੱਢਣਾ ਹੈ ਨਾ। ਭਾਜੀ ਅਸੀਂ ਤਾਂ ਸਗੋਂ ਉਹਨਾਂ ਦੇ ਨਾਲ ਆ ਅਸੀਂ ਬਕਾਇਦਾ ਸਾਰਾ ਕੁਛ ਨਾਲ ਲੈ ਕੇ ਤੁਰਦੇ ਹਾਂ ਮਾਸਕ ਨਾਲ ਪਾ ਕੇ ਸੈਨੀਟਾਈਜ਼ ਕਰਕੇ ਸਾਰੀ ਚੀਜ਼ ਦਾ ਧਿਆਨ ਰੱਖਦੇ ਹਾਂ ਵੀ ਗਾਂਹ ਕਸਟਮਰ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਰ ਮੈਂ ਤਾਂ ਪਹਿਲਾਂ ਇਹ ਗੱਲ ਕਹਿ ਚੁੱਕਾ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਨਾਲ ਆ ਜਿੱਥੇ ਹਿੰਦੁਸਤਾਨ ਸਾਰਾ ਆ ਉੱਥੇ ਅਸੀਂ ਵੀ ਨਾਲ ਆ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਹੁਣ ਦੇਖੋ ਜੇ ਹੁਣ ਆਪਾਂ ਤੁਹਾਡੀ ਧੱਕੇ ਨਾਲ ਮੈਂ ਤੁਹਾਡਾ ਮਾਈਕ ਆ ਤੁਹਾਡਾ ਕੈਮਰਾ ਆ ਮੈਂ ਤੁਹਾਡੇ ਨਾਲ ਧੱਕੇ ਨਾਲ ਖੋਲਵਾਂ ਤੁਹਾਡੇ ਕੋਲੋਂ ਤਾਂ ਇਹ ਗੱਲ ਚੰਗੀ ਥੋੜ੍ਹੀ ਹੋਏਗੀ ਹੈ ਨਾ ਵੀ ਤੁਸੀਂ ਕਹੋਗੇ ਵੀ ਤੁਹਾਡੀ ਪਰਸਨਲ ਚੀਜ਼ ਆ ਮੈਂ ਕਿੱਦਾਂ ਉਹਨੂੰ ਹੱਥ ਲਾ ਸਕਦਾ ਹਾਂ ਨਾ ਉਹ ਚਾਬੀ ਕੱਢੀ ਉਹਨਾਂ ਨੇ ਉੱਥੋਂ ਮੈਨੂੰ ਥੋੜ੍ਹਾ ਜਿਹਾ ਹੋਇਆ ਵੀ ਤੁਸੀਂ ਇਸ ਤਰ੍ਹਾਂ ਧੱਕਾ ਕਿਉਂ ਕਰ ਰਹੇ ਆ ਬਸ ਇਹ ਹੋਰ ਤਾਂ ਕੋਈ ਹਾਂਜੀ ਉਹ ਕਿਉਂਕਿ ਜੋ ਦੇਖੋ ਜੇ ਸਾਨੂੰ ਵੀ ਇਹ ਹੋਣਾ ਚਾਹੀਦਾ ਜੇ ਤੁਸੀਂ ਉਹ ਧੱਕਾ ਕਰ ਰਹੇ ਸਾਡੇ ਨਾਲ ਤੇ ਸਾਨੂੰ ਵੀ ਇਹ ਸ਼ਿਓਰ ਹੋਣਾ ਚਾਹੀਦਾ ਵੀ ਉਹ ਵੀ ਕਰਾ ਕੇ ਬੈਠੇ ਨੇ ਕਿ ਨਹੀਂ ਕਰਾ ਕੇ ਬੈਠੇ। ਧੱਕਾ ਤਾਂ ਆਪਾਂ ਭਾਅ ਜੀ ਤਾਂ ਕਰ ਸਕਦੇ ਹਾਂ ਜਿਸ ਕਿਸੇ ਦੇ 'ਚ ਗੱਲ ਵਿੱਚ ਉਸ ਚੀਜ਼ ਵਿੱਚ ਆਪਾਂ ਸ਼ਿਓਰ ਹੋਈਏ ਕਿ ਮੈਂ ਉਹ ਚੀਜ਼ ਲਈ ਠੀਕ ਹਾਂ। ਮੈਂ ਸਾਰਿਆਂ ਨੂੰ ਕਹਾਂ ਵੀ ਤੁਸੀਂ ਵੀ ਅਵੇਅਰ ਰਹੋ ਕਾਰਨ ਵੱਡਾ ਆ ਆ ਜੀ ਅਤੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਠੀਕ ਹਾਂ ਕਿਉਂਕਿ ਜੀ ਜੇ ਭਾਈ ਦੇਖੋ ਹਿੰਦੁਸਤਾਨ ਆ ਹਿੰਦੁਸਤਾਨ 'ਚ ਫਰੀਡਮ ਇਹ ਆ ਆਪਾਂ ਧੱਕਾ ਨਹੀਂ ਕਿਸੇ ਨਾਲ ਕਰ ਸਕਦੇ। ਵੱਡੀ ਗੱਲ ਇਹ ਆ ਗੱਲ ਰਹੀ ਨਾ ਮੈਂ ਕਰ ਸਕਦਾ ਅਤੇ ਨਾ ਉਹ ਕਿਸੇ ਨਾਲ ਕਰ ਸਕਦੇ ਆ। ਹਾਂਜੀ ਭਾਈ ਠੀਕ ਆ ਜੀ 100% ਠੀਕ ਆ ਕਿੱਦਾਂ ਗਲਤ ਕਹਿ ਸਕਦੇ ਇਸ ਹਿੰਦੁਸਤਾਨ ਦਾ ਖਾ ਰਹੇ ਹਾਂ ਹਿੰਦੁਸਤਾਨ 'ਚ ਜੀ ਰਹੇ ਹਾਂ ਬਕਾਇਦਾ 1 ਤੋਂ ਲੈ ਕੇ 100 ਤੱਕ ਅਸੀਂ ਕਮਾ ਕੇ ਘਰ ਨੂੰ ਲੈ ਕੇ ਜਾਂਦੇ ਹਿੰਦੁਸਤਾਨ ਦਾ ਹੀ ਤਾਂ ਖਾ ਰਹੇ ਹਾਂ ਹਿੰਦੁਸਤਾਨ ਸਾਡੇ ਲਈ ਠੀਕ ਨਹੀਂ ਤਾਂ ਹੋਰ ਕੌਣ ਠੀਕ ਹੋ ਸਕਦਾ ਫਿਰ। ਭਾਅ ਜੀ ਮੈਂ ਪਹਿਲਾਂ ਹੀ ਆਪਣਾ ਟੋਟਲੀ ਪਹਿਲੀ ਗੱਲ ਤਾਂ ਹੈ ਵੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਮਹਾਰਾਜ ਦੀ ਅਰਦਾਸ ਕੰਮ ਕਰਦੀ ਆ ਅਸੀਂ ਇਹੀ ਕਰਕੇ ਤੁਰਦੇ ਹਾਂ ਵੀ ਜੇ ਮੇਰੇ ਤੋਂ ਕਿਸੇ ਨੂੰ ਪ੍ਰੋਬਲਮ ਆ ਕਿਉਂਕਿ ਜੀ ਇਹ ਤਾਂ ਵਾਇਰਸ ਇੱਦਾਂ ਦਾ ਵੀ 1 ਤੋਂ 2, 2 ਤੋਂ 4, 4 ਤੋਂ 10 ਅਤੇ 10 ਤੋਂ 100 ਤੱਕ ਫੈਲਣਾ ਆ ਇਹ ਮੈਂ ਇਹੀ ਸੋਚ ਕੇ ਤੁਰਦਾ ਵੀ ਸਾਡੇ ਤੋਂ ਕਿਸੇ ਨੂੰ ਦਿੱਕਤ ਨਾ ਹੋਵੇ ਕਿਉਂਕਿ ਜੋ ਸਾਡਾ ਤਾਂ ਆਪ 2 ਸਾਲ ਦਾ ਬੇਬੀ ਆ ਉਹਨੂੰ ਅਸੀਂ ਆਪਣੇ ਘਰ ਨੂੰ ਪਹਿਲਾਂ ਨਹੀਂ ਕਿ ਨਾਲ ਦੇ ਜਿਹੜੇ ਨੇ ਉਹਨਾਂ ਦੇ ਘਰ ਵੀ ਛੋਟੇ ਛੋਟੇ ਬੱਚੇ ਨੇ ਜਿਹੜੇ ਜ਼ੋਮੈਟੋ ਵਾਲੇ ਵੀਰ ਕਮਾਉਣ ਆਉਂਦੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਹੋਵੇ ਕਾਰਨ ਵੱਡਾ ਇਹ ਆ ਜੀ। ਉੱਧਰ ਪੂਰੇ ਮਾਮਲੇ 'ਤੇ ਸ਼ਹਿਰ ਦੇ ਵੱਡੇ ਪੁਲਿਸ ਅਧਿਕਾਰੀਆਂ ਨੇ ਆਪਣੀ ਗੱਲ ਰੱਖੀ। ਦੇਖੋ ਅਲਟੀਮੇਟਲੀ ਮੈਂ ਇੱਥੇ ਕਹਿਣਾ ਚਾਹੁੰਦਾ ਹੈਗਾ ਕਿ ਕੋਈ ਇਹ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ ਟੈਸਟ ਕਰਾ ਲਿਆ ਅਤੇ ਬਾਅਦ 'ਚ ਤੁਹਾਨੂੰ ਜਿਹੜਾ ਹੈਗਾ ਇਹ ਵਾਇਰਸ ਦਾ ਖਤਰਾ ਟਲ ਗਿਆ। ਟੈਸਟ ਕਰਾਉਣ ਨਾਲ ਜਾਂ ਇਸ ਤਰ੍ਹਾਂ ਨਹੀਂ ਹੈਗਾ ਕਈ ਵਾਰੀ ਟੈਸਟ ਅਸੀਂ ਕਰਾਉਂਦੇ ਹਾਂ ਅਤੇ 10 ਦਿਨਾਂ ਬਾਅਦ ਵੀ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਉਹ ਨੈਗੇਟਿਵ ਜਾਂ ਪੋਜ਼ਿਟਿਵ ਜਿਹੜਾ ਹੈਗਾ ਉਹਦਾ ਜਿਹੜਾ ਆਏ ਹੈਗੇ ਪੋਜ਼ਿਟਿਵ ਆਏ ਆ ਔਰ ਜੇ ਪਹਿਲਾਂ ਨੈਗੇਟਿਵ ਆਇਆ ਤਾਂ ਇਹ ਨਹੀਂ ਹੈਗਾ ਵੀ 10 ਦਿਨਾਂ ਬਾਅਦ ਵੀ
ਜਿਹੜਾ ਹੈਗਾ ਸਾਨੂੰ ਕਈ ਵਾਰੀ ਰੁਕਿਆ ਨੇ ਪਹਿਲਾਂ ਟੈਸਟ ਕਰਾਇਆ ਹੁੰਦਾ, ਸਡਨਲੀ ਜਿਹੜਾ ਹੈਗਾ ਦੁਬਾਰਾ ਟੈਸਟ ਕਰਾਉਂਦੇ ਦੂਜੇ ਤੀਜੇ ਦਿਨ ਤਾਂ ਪੋਜ਼ਿਟਿਵ ਆਉਂਦਾ। ਤਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਦੀ ਬਹਿਸਬਾਜ਼ੀ ਨਾ ਕਰੇ, ਤੁਹਾਡੀ ਭਲਾਈ ਲਈ ਜੋ ਅਸੀਂ ਜਿਹੜਾ ਹੈਗਾ ਕਰ ਰਹੇ। ਦੇਖੋ ਅਲਟੀਮੇਟਲੀ ਜਿਹੜਾ ਹੈਗਾ ਕਈ ਵਾਰੀ ਅਨਨੈਸੈਸਰਲੀ ਜਿਹੜਾ ਹੈਗਾ ਲੋਕ ਬਹਿਸਬਾਜ਼ੀ 'ਚ ਪੈ ਜਾਂਦੇ ਆ, ਇਹਦੇ ਵਿੱਚ ਸਿਆਣਪ ਇਹ ਆ ਕਿ ਅਸੀਂ ਕੋਈ ਇਸ ਤਰ੍ਹਾਂ ਨਹੀਂ ਹੈਗਾ, ਹਰ ਇੱਕ ਦੀ ਭਲਾਈ ਲਈ ਆ ਔਰ ਸਮਾਜ ਨੂੰ ਅਸੀਂ ਨਰੋਇਆ ਰੱਖਣਾ ਹੈਗਾ, ਉਸ ਕਰਕੇ ਜਿਹੜਾ ਹੈਗਾ ਅਸੀਂ ਇਹ ਟੈਸਟ ਕਰਾ ਰਹੇ। ਹੈਲਥ ਡਿਪਾਰਟਮੈਂਟ ਵਾਲੇ ਦਿਨ ਰਾਤ ਜਿਹੜੀ ਹੈਗੀ ਪਬਲਿਕ ਦੀ ਸੇਵਾ ਕਰ ਰਹੇ ਆ, ਔਰ ਉਹ ਜਿਹੜਾ ਹੈਗਾ ਉਹਨਾਂ ਨੇ ਅਲੱਗ ਅਲੱਗ ਡਾਕਟਰਸ ਦੀਆਂ ਟੀਮਾਂ ਜਿਹੜੀਆਂ ਧੁੱਪ ਛਾਂ ਦੇਖੇ ਬਗੈਰ ਜਿਹੜੇ ਹੈਗੇ ਟੈਸਟ ਕਰ ਰਹੇ ਹੈਗੇ ਸੜਕਾਂ 'ਤੇ ਖੜ ਕੇ, ਔਰ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਕੋਪਰੇਟ ਕਰਨਾ ਚਾਹੀਦਾ ਹੈਗਾ, ਕੋਈ ਵੀ ਅਨਨੈਸੈਸਰੀ ਫਜ਼ੂਲ ਬਹਿਸ ਨਹੀਂ ਕਰਨਾ। ਫਿਲਹਾਲ ਜਗਰੂਪ ਸਿੰਘ ਅਤੇ ਥਾਣੇਦਾਰ ਦੀ ਵੀਡੀਓ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਕੋਈ ਥਾਣੇਦਾਰ ਨੂੰ ਚੰਗਾ ਦੱਸ ਰਿਹਾ ਹੈ ਤਾਂ ਕੋਈ ਜਗਰੂਪ ਸਿੰਘ ਨੂੰ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।